ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਦੱਸ ਰਹੇ ਨੇ ਕਿ ਉਹ ਪਰਮਾਤਮਾ ਹੈ ਜਿਹੜਾ ਉਹ ਸਰਬਵਿਆਪਕ ਪਰਮਾਤਮਾ ਉਹ ਹਰ ਜਗ੍ਹਾ ਦੇ ਵਿੱਚ ਵਸ ਰਿਹਾ ਹੈ ਅਤੇ ਆਪਣੀ ਮਿਹਰ ਭਰੀ ਨਜ਼ਰ ਦੇ ਨਾਲ ਉਹ ਆਪਣੇ ਪਿਆਰਿਆਂ ਦਾ ਹਰ ਸਮੇਂ ਧਿਆਨ ਰੱਖਦਾ ਹੈ ਉਹਨਾਂ ਦੇ ਦੁੱਖ ਦੂਰ ਕਰ ਰਿਹਾ ਹੈ ਉਹਨਾਂ ਦੇ ਔਗਣ ਜਿਹੜੇ ਨੇ ਉਹ ਖਤਮ ਕਰ ਰਿਹਾ ਹੈ ਉਹਨਾਂ ਨੂੰ ਆਪਣੇ ਗਲ ਨਾਲ ਲਾਂਦਾ ਹੈ ਅਤੇ ਉਹਨਾਂ ਦੀ ਹਰ ਮੁਰਾਦ ਪੂਰੀ ਕਰਦਾ ਹੈ ਇਦਾਂ ਦੇ ਪਿਆਰੇ ਜੋ ਵੀ ਉਸ ਤੋਂ ਮੰਗਦੇ ਨੇ ਉਹ ਉਹਨਾਂ ਨੂੰ ਸਭ ਕੁਝ ਦੇ ਰਿਹਾ ਹੈ ਸੋਚਣ ਵਾਲੀ ਗੱਲ ਹੈ ਪਿਆਰਿਓ ਕਿ ਜਿਹੜਾ ਪਰਮਾਤਮਾ ਸਾਨੂੰ ਸਭ ਕੁਝ ਦੇ ਰਿਹਾ ਹੈ ਸਾਡੇ ਵਾਸਤੇ ਸਭ ਕੁਝ ਕਰ ਰਿਹਾ ਹੈ ਚਾਹੀਦਾ ਤਾਂ ਇਹ ਹੈ ਕਿ ਆਪਾਂ ਆਪਣੀ ਸਾਰੀ ਜ਼ਿੰਦਗੀ ਉਸ ਪਰਮਾਤਮਾ ਦੇ ਨਾਮ ਕਰਦੀਏ ਤੇ ਹਰ ਸਮੇਂ ਉਸ ਨੂੰ ਜਤਾਰੀ ਹੈ ਯਾਦ ਕਰੀਏ ਪਰ ਜੇ ਸਾਰੀ ਜ਼ਿੰਦਗੀ ਬਹੁਤ ਜ਼ਿਆਦਾ ਲੱਗ ਰਹੀ ਹੈ ਤਾਂ ਪਿਆਰਿਓ ਘਟੋ-ਘਟ ਦੇੰਦੇ ਵਿੱਚ ਆਪਾਂ ਅੱਧਾ ਘੰਟਾ ਤਾਂ ਉਸ ਪਰਮਾਤਮਾ ਵਾਸਤੇ ਕੱਢ ਸਕਨੇ ਹਨ ਉਸ ਅੱਧੇ ਘੰਟੇ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਸਾਰੀਆਂ ਗੱਲਾਂ ਪਾਸੇ ਰੱਖ ਦੋ ਤੇ ਸਿਰਫ ਉਸ ਪਰਮਾਤਮਾ ਦੇ ਨਾਲ ਚਿੱਤ ਜੋੜੀਏ ਉਸ ਪਰਮਾਤਮਾ ਨੂੰ ਯਾਦ ਕਰੀਏ ਉਸ ਪਰਮਾਤਮਾ ਦੇ ਗੁਣ ਗਾਈਏ ਉਸ ਪਰਮਾਤਮਾ ਦੀ ਵਡਿਆਈ ਕਰੀਏ ਤੇ ਫਿਰ ਦੇਖਿਓ ਕਿਸ ਤਰ੍ਹਾਂ ਹੌਲੀ ਹੌਲੀ ਪਹਿਲਾਂ ਦਿਨ ਫਿਰ ਮਹੀਨੇ ਫਿਰ ਸਾਲ ਤੇ ਫਿਰ ਸਾਰੀ ਜ਼ਿੰਦਗੀ ਦਾ ਸਵਾਦ ਹੀ ਬਦਲ ਜਾਏਗਾ